ਪੰਜਾਬ ਦਾ ਵੈਬ ਟੀਵੀ ਨਿਊਜ਼ ਚੈਨਲ www.tehlkapanjab.tv। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿਜਨ ਫਲਾਇੰਗ ਐਂਡ ਬਰੀਡ ਸ਼ੋਅ ਕਲੱਬ ਕੀ ਔਰ ਸੇ ਗਾਓ ਜੇਤੇ ਵਾਲੀ ਮੇ ਕਬੂਤਰ ਖਿਲਾੜੀਓ ਕੇ ਮੁਕਾਬਲੇ ਵਿਸ਼ਵ ਚੈਂਪੀਅਨ ਸਰਵਨ ਸਿੰਘ ਕੀ ਦੇਖਰੇਖ ਮੇ ਕਰਵਾਏ ਗਏ। ਇਸ ਦੌਰਾਨ ਸਾਂਸਦ ਸੰਤੋਖ ਸਿੰਘ ਚੌਧਰੀ ਨੇ ਮੁੱਖ ਅਤਿਥੀ ਕੇ ਤੌਰ ਪਰ ਸ਼ਿਰਕਤ ਕਰ ਵਿਜੇਤਾਓ ਕੋ ਪੁਰਸਕਾਰ ਵਿਤਰਿਤ ਕੀ ਗਏ। ਸਰਵਨ ਸਿੰਘ ਨੇ ਜਾਣਕਾਰੀ ਦੇਤੇ ਹੋਏ ਹਰ ਸਾਲ ਯੇ ਟੂਰਨਾਮੈਂਟ ਬੜੇ ਉਤਸਾਹ ਸੇ ਕਰਵਾਇਆ ਜਾਤਾ ਹੈ ਇਸਕੇ ਬਾਰੇ ਮੇ ਬਤਾਇਆ, ਜਿਸ ਮੇ ਦੇਸ਼ ਭਰ ਸੇ ਕਬੂਤਰ ਖਿਲਾੜੀ ਭਾਰੀ ਸੰਖਿਆ ਮੇ ਭਾਗ ਲੇਤੇ ਹੈਂ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿਜਨ ਫਲਾਇੰਗ ਐਂਡ ਬਰੀਡ ਸ਼ੋਅ ਕਲੱਬ ਕੀ ਤਰਫ ਸੇ 51ਵੇਂ ਟੂਰਨਾਮੈਂਟ ਕਾ ਪੁਰਸਕਾਰ ਵਿਤਰਨ ਸਮਾਰੋਹ ਆਯੋਜਿਤ ਕੀਆ ਗਿਆ। ਇਸ ਅਵਸਰ ਪਰ ਸਰਪੰਚ ਤਰਸੇਮ ਲਾਲ, ਪੰਚ ਵਿਨੋਦ ਕੁਮਾਰ, ਮੀਤੋ ਪੰਚ, ਸੁਨੀਤਾ ਪੰਚ, ਬੂਟਾ ਰਾਮ ਪੰਚ, ਜਗਦੀਸ਼ ਦੀਸ਼ਾ, ਜਸਵੀਰ ਸਿੰਘ ਪੰਚ, ਲਕਸ਼ਮਣ ਦਾਸ ਪਵਾਰ, ਦੌਲਤ ਰਾਮ ਪਵਾਰ, ਬਲਬੀਰ ਚੰਦ, ਮਹਿੰਦਰਪਾਲ ਸਹਿਤ ਅਨੇ ਲੋਕ ਵੀ ਮੌਜੂਦ ਥੇ। ਸਰਪੰਚ ਸਿੰਘ ਜਿਹੜੇ ਵਰਲਡ ਚੈਂਪੀਅਨ ਹੈ ਕਬੂਤਰਬਾਜ਼ੀ ਦੇ, ਇਹ ਹਰ ਸਾਲ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਉਂਦੇ ਜਿਹਦੇ ਵਿੱਚ ਸਾਰੇ ਪੰਜਾਬ ਵਿੱਚੋਂ ਜਿਹੜੇ ਕਬੂਤਰ ਪ੍ਰੇਮੀ ਹੈ ਉਹ ਆਪਣੇ ਕਬੂਤਰ ਲੈ ਕੇ ਆਉਂਦੇ ਔਰ ਅੱਜ ਵੀ ਮਾਲਵੇ ਔਰ ਮਾਝੇ 'ਚੋਂ ਔਰ ਸਾਰੇ ਪੰਜਾਬ ਦੇ ਖੇਤਰਾਂ 'ਚੋਂ ਵੱਖ ਵੱਖ ਖੇਤਰਾਂ 'ਚੋਂ ਇੱਥੇ ਕਬੂਤਰ ਆਏ ਔਰ ਇਸ ਵੇਲੇ ਵੀ ਕੰਪੀਟੀਸ਼ਨ ਚੱਲ ਰਿਹਾ ਔਰ ਕੋਈ ਅਰਾਊਂਡ 60 ਕਬੂਤਰ ਹਾਲੇ ਆਸਮਾਨ 'ਚ ਹੈ ਔਰ 7 ਵਜੇ ਇਹਨਾਂ ਦਾ ਮੁਕਾਬਲਾ ਖਤਮ ਹੋਣਾ, ਜਿਹੜੇ 7 ਵਜੇ ਕਬੂਤਰ ਆਸਮਾਨ 'ਚ ਰਹਿ ਜਾਣਗੇ ਕਿਸੇ ਤਰੀਕੇ ਟਾਈਮ ਪਰ। ਸੋ ਮੈਂ ਸਮਝਦਾ ਕਿ ਇਹ ਬੜਾ ਹੀ ਇੰਟਰਸਟਿੰਗ ਗੇਮ ਹੈ ਔਰ ਬੜੀ ਹੀ ਮਿਹਨਤ ਨਾਲ ਔਰ ਬੜੀ ਹੀ ਕੋਸ਼ਿਸ਼ ਦੇ ਨਾਲ ਇਹ ਇੱਕ ਬਰਡ ਨੂੰ ਜਾਂ ਆਪਣੇ ਨੂੰ ਰਿੰਦੇ ਨੂੰ ਜਿਹੜਾ ਸਿਖਾਉਂਦੇ ਆ। ਜਿਹੜਾ 2 ਵਾਰੀ ਵਰਲਡ ਚੈਂਪੀਅਨ ਬਣ ਚੁੱਕਾ ਵਾਂ ਮੈਂ, ਚੌਧਰੀ ਸਾਹਿਬ ਦਾ ਬਹੁਤ ਧੰਨਵਾਦ ਕਰਦਾ, ਇੱਥੇ MP ਸਾਹਿਬ ਦਾ ਮੈਂ ਬਹੁਤ ਹੀ ਜ਼ਿਆਦਾ ਸ਼ੁਕਰੀਆ ਅਦਾ ਇਹਨਾਂ ਦਾ ਕਰਦਾ ਜਿਹੜੇ ਸਾਡੇ ਵਿੱਚ ਅੱਜ ਕਬੂਤਰ ਖਿਲਾੜੀਆਂ ਦੇ ਵਿੱਚ ਪਹੁੰਚ ਕੇ ਇਹਨਾਂ ਨੇ ਸਾਡਾ ਹੌਸਲਾ ਵਧਾਇਆ ਕਬੂਤਰ ਖਿਲਾੜੀਆਂ ਦਾ ਅਤੇ ਔਰ ਸਾਡੇ ਜਿਹੜੇ ਇਹਨਾਂ ਨੇ ਸਾਡੀ ਗੇਮ ਦਾ ਵਾਅਦਾ ਵੀ ਕੀਤਾ। ਮੈਂ ਵੀ ਕੋਸ਼ਿਸ਼ ਕਰਾਂਗੇ ਪੂਰੀ ਜੀ ਵੀ ਗੇਮਾਂ ਦੇ ਵਿੱਚ ਐਂਟਰ ਕੀਤੀ ਜਾਵੇ। ਜਿੱਦਾਂ ਸਾਨੂੰ ਮੁੱਖ ਮੰਤਰੀ ਬਾਦਲ ਸਾਹਿਬ ਨੇ 3 ਵਾਰੀ ਫਾਇਲ ਲਿੱਤੀ ਆ, ਹਾਲੇ ਤੱਕ ਸਾਨੂੰ ਕੋਈ ਹੰਗਾਰਾ ਨਹੀਂ ਮਿਲਿਆ। ਹੁਣ ਸਾਡੀ ਗਾਂ ਅਸੀਂ ਬੇਨਤੀ ਕਰਦੇ ਸਾਡੀ ਕਾਂਗਰਸ ਸਰਕਾਰ ਆਵੇ ਅਤੇ ਚੌਧਰੀ ਸਾਹਿਬ ਨੂੰ ਅਸੀਂ ਬੇਨਤੀ ਕਰੀਏ ਵੀ ਸਾਡੀ ਗੇਮਾਂ ਵਿੱਚ ਜਲਦੀ ਐਂਟਰ ਕਰਾਈ ਜਾਵੇ ਗੇਮ ਅਤੇ ਮੈਂ ਚੌਧਰੀ ਸਾਹਿਬ ਦਾ ਬਹੁਤ ਧੰਨਵਾਦ ਕਰਾਂ। ਤੁਹਾਨੂੰ ਸਾਡੀ ਪੇਸ਼ਕਸ਼ ਕਿਹੋ ਜਿਹੀ ਲੱਗੀ? ਆਪਣੇ ਸੁਝਾਅ ਭਰੇ ਕਮੈਂਟ ਜ਼ਰੂਰ ਕਰੋ। YouTube ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਸਕਰੀਨ ਦੇ ਖੱਬੇ ਹੱਥ ਲੱਗੇ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਜ਼ਰੂਰ ਦਬਾਉਣ ਅਤੇ ਆਪਣੀ ਈਮੇਲ ਆਈਡੀ ਦਾ ਪਾਸਵਰਡ ਭਰ ਦੇਣ, ਜਿਸ ਨਾਲ ਸਾਡੀਆਂ ਸਾਰੀਆਂ ਹੀ ਅਪਲੋਡ ਹੋਣ ਵਾਲੀਆਂ ਵੀਡੀਓ ਤੁਹਾਡੀ ਈਮੇਲ ਆਈਡੀ ਤੱਕ ਪਹੁੰਚਦੀਆਂ ਰਹਿਣਗੀਆਂ। ਸਾਨੂੰ ਆਸ ਹੈ ਕਿ ਤੁਸੀਂ ਸਾਨੂੰ ਆਪਣਾ ਇੱਕ ਸਬਸਕ੍ਰਾਈਬ ਜ਼ਰੂਰ ਦੇਵੋਗੇ। ਇਸੇ ਹੀ ਆਸ ਨਾਲ ਮੈਂ ਅਦਾਰਾ ਤਹਿਲਕਾ ਪੰਜਾਬ ਦੇ ਆਫਿਸ ਦੀ ਇੰਚਾਰਜ ਜੋਤੀ ਸੰਧੂ ਦੁਆਬਾ ਮਾਰਕੀਟ ਸਾਹਮਣੇ ਬੱਸ ਸਟੈਂਡ ਜਲੰਧਰ